कल विधानसभा दे विच पंजाब दे सेहत मंत्री डॉक्टर बलबीर सिंह ने जदों अपनी तकरीर पेश की अपना भाषण कर रहे सीगे तां उन्होंने सारे विधायकों नूं संबोधन करदिआं जसवंत कमल होणा की एक किताब का जिक्र किया। जसवंत कमल होणा की किताब पंजाब की बनूगा तेरा, उन्होंने हिदायत की कि यह किताब सारिआं नूं पढ़नी चाहिए है। उस तों बाद उन्होंने नशिआं की गल की कि किवें नशे पंजाब नूं खा रहे ने, पंजाब की जवानी नूं खा रहे ने। नवांशहर तो विधायक नछत्रपाल ने एक सवाल उठाया पंजाब के सेहत महकमे नूं कि पंजाब दे विच मौजूदा स्थिति नौजवानों के नशिया के प्रति या उन्होंने नशिया कारण हो रही बीमारियों प्रति की स्टेटस है, जिदे ते जदों सेहत महकमे ने जवाब दिता तो वह बड़ा हैरान कर देने वाला सी। साल 2022 जनवरी तो साल 2023 जनवरी तक पंजाब दे विच 10,109 मामले HIV दे नवे आए। यह आंकड़ा हैरान कर देने वाला है। एड्स दे मरीजों की गिणती एक साल दे विच 10,109 मरीज पंजाब दे विच नवे हुए। इहदा कारण सेहत महकमे ने दस्या कि जिहड़ा मैडिकल नशा है, जिहड़ियां सरिंजां वरतियां जांदियां ने ਉਹ ਹੈ, ਕਿਉਂਕਿ ਇੱਕ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਆ ਉਹ ਸਿਰਿੰਜ ਯੂਜ਼ ਕਰਦਾ, ਫਿਰ ਉਹਦਾ ਦੂਜਾ ਸਾਥੀ ਕਰ ਲੈਂਦਾ, ਫਿਰ ਤੀਜਾ ਕਰ ਲੈਂਦਾ, ਕਿਉਂਕਿ ਜਦੋਂ ਉਹਨਾਂ ਨੂੰ ਤੋੜ ਲੱਗੀ ਹੁੰਦੀ ਹੈ ਇੰਨੀ ਸੋਝੀ ਇੰਨੀ ਸੁਰਤ ਹੁੰਦੀ ਨਹੀਂ। ਸਿਹਤ ਮਹਿਕਮੇ ਨੇ ਇਸ ਅੰਕੜਿਆਂ ਦਾ ਪਿੱਛੇ ਦਾ ਕਾਰਨ ਜਿਹੜਾ ਉਹ ਦੱਸਿਆ, ਉਹ ਮੈਡੀਕਲ ਨਸ਼ੇ ਨੂੰ ਦੱਸਿਆ। ਲੁਧਿਆਣਾ ਪੰਜਾਬ ਦਾ ਜਿਹੜਾ ਮੋਹਰੀ ਜ਼ਿਲ੍ਹਾ ਹੈ, ਇੰਡਸਟਰੀਅਲ ਹੱਬ ਹੈ, ਉਹ ਇਸ ਸਭ ਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਹੈ। 1711 ਮਾਮਲੇ ਜਿਹੜੇ ਨੇ ਉਹ ਲੁਧਿਆਣਾ ਜ਼ਿਲ੍ਹੇ ਤੋਂ ਨੇ। ਦੂਜੇ ਨੰਬਰ 'ਤੇ ਜ਼ਿਲ੍ਹਾ ਬਠਿੰਡਾ ਆਉਂਦਾ ਹੈ। 1525 ਮਾਮਲੇ ਜਿਹੜੇ ਨੇ ਉਹ ਬਠਿੰਡੇ ਤੋਂ ਨੇ। ਪੰਜਾਬ ਦੇ ਵਿੱਚ ਕੁੱਲ 23 ਜ਼ਿਲ੍ਹੇ ਨੇ ਅਤੇ 17 ਜ਼ਿਲ੍ਹੇ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਪਿਛਲੇ ਇੱਕ ਸਾਲ ਦੇ ਵਿੱਚ। ਇਹ ਜਿਹੜੇ 10,109 ਮਾਮਲੇ ਆਏ ਨੇ ਉਹਦੇ ਵਿੱਚ ਪੰਜਾਬ ਦੇ 17 ਜ਼ਿਲ੍ਹੇ ਸ਼ਾਮਿਲ ਨੇ, ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦਾ ਜ਼ਿਲ੍ਹਾ ਸੰਗਰੂਰ ਵੀ ਸ਼ਾਮਿਲ ਹੈ। ਸੰਗਰੂਰ 'ਚੋਂ 157 ਮਾਮਲੇ ਆਏ ਨੇ। ਔਰ ਇਹ ਸਭ ਦੇ ਵਿੱਚ ਹੈਰਾਨ ਕਰ ਦੇਣ ਵਾਲੇ ਜਿਹੜੇ ਅੰਕੜੇ ਨੇ ਉਹ ਇਹ ਨੇ ਕਿ ਇਹਦੇ ਵਿੱਚ 15 ਸਾਲ ਤੋਂ ਘੱਟ ਬੱਚੇ ਵੀ ਨੇ, ਟਰਾਂਸਜੈਂਡਰਸ ਵੀ ਨੇ। 15 ਸਾਲ ਤੋਂ ਘੱਟ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹਨਾਂ ਦੀ ਗਿਣਤੀ 88 ਹੈ ਅਤੇ ਪੂਰੇ ਪੰਜਾਬ 'ਚੋਂ 19 ਟਰਾਂਸਜੈਂਡਰਸ ਅਜਿਹੇ ਨੇ ਜਿਹੜੇ ਇਸ ਲਿਸਟ ਦੇ ਵਿੱਚ ਸ਼ਾਮਲ ਨੇ। ਬੰਦਿਆਂ ਦੀ ਗਿਣਤੀ ਦੀ ਗੱਲ ਕਰੀਏ ਤਾਂ 8,155 ਜਿਹੜੇ ਮਰਦ ਨੇ ਉਹ ਇਸ ਮਾਰੂ ਬਿਮਾਰੀ ਦਾ ਸ਼ਿਕਾਰ ਹੋਏ ਨੇ। ਔਰਤਾਂ ਦੀ ਜੇਕਰ ਗੱਲ ਕਰੀਏ ਤਾਂ 1,847 ਔਰਤਾਂ ਨੇ। ਯੰਗ ਮੁੰਡੇ ਕੁੜੀਆਂ 'ਚੋਂ 56 ਜਿਹੜੇ ਮੁੰਡੇ ਨੇ ਉਹ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੈ ਉਹ 56 ਜਾਣੇ ਨੇ। ਉਹ 56 ਮੁੰਡੇ ਨੇ ਜਿਹੜੇ ਇਸ 10,109 ਦੀ ਗਿਣਤੀ 'ਚ ਇਸ ਮਾਰੂ ਬਿਮਾਰੀ ਦੇ ਸ਼ਿਕਾਰ ਹੋਏ ਨੇ। ਮੁਟਿਆਰਾਂ ਜਵਾਨ ਕੁੜੀਆਂ 32 ਕੁੜੀਆਂ ਨੇ ਜਿਹੜੀਆਂ ਇਸ ਦਾ ਸ਼ਿਕਾਰ ਹੋਈਆਂ ਨੇ। ਨਸ਼ਾ ਜਿਹੜਾ ਇਹ ਆਪਣੇ ਆਪ 'ਚ ਗੰਭੀਰ ਵਿਸ਼ਾ ਹੈ। ਨਸ਼ਾ ਪੰਜਾਬ ਨੂੰ ਖਾ ਰਿਹਾ ਹੈ। ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜਾ ਨਪੁੰਸਕਤਾ ਦਾ ਰੇਟ ਹੈ ਉਹ ਵਾਧਾ, ਉਹਦਾ ਇੱਕ ਕਾਰਨ ਹੈ ਕਿ IVF ਸੈਂਟਰਸ ਪੰਜਾਬ ਦੇ ਵਿੱਚ ਬਹੁਤ ਨੇ। ਖਾਸ ਤੌਰ 'ਤੇ ਇਹ IVF ਸੈਂਟਰਸ ਦੇ ਵਿੱਚ ਜ਼ਿਆਦਾ ਕਰਕੇ ਲੋਕ ਜਿਹੜੇ ਨੇ ਵਿਦੇਸ਼ਾਂ ਤੋਂ ਆਉਂਦੇ ਨੇ, ਜਿਹੜੇ ਇੱਥੇ ਬੱਚਾ ਲੈਂਦੇ ਨੇ, ਕਿਉਂਕਿ ਵਿਦੇਸ਼ਾਂ ਦੇ ਵਿੱਚ ਬੜੀ ਸਟ੍ਰੈਸਫੁੱਲ ਲਾਈਫ ਹੈ ਅਤੇ ਉਹ ਉਸ ਕਾਰਨ ਜਿਹੜਾ ਉਹ ਬੱਚਾ ਪੈਦਾ ਕਰਨ ਦੇ ਵਿੱਚ ਅਸਮਰਥ ਹੋ ਜਾਂਦੇ ਨੇ। ਤਾਂ ਪੰਜਾਬ ਦੇ ਵਿੱਚ ਇੱਕ ਇਹ ਬਿਜ਼ਨਸ ਜਿਹੜਾ ਬਹੁਤ ਧੜੱਲੇ ਨਾਲ ਚੱਲਦਾ, ਹਾਲਾਂਕਿ ਇਹ ਮੈਡੀਕਲੀ ਅਪਰੂਵਡ ਹੈ, ਪਰ ਇਹਦੀ ਇੱਕ ਅੱਛਾ ਕਾਰੋਬਾਰ ਹੈ IVF ਸੈਂਟਰਸ ਦਾ। ਅਤੇ ਉਸ ਤੋਂ ਬਾਅਦ ਹੁਣ ਜਦੋਂ ਆਹ ਜਿਹੜੇ ਅੰਕੜੇ ਨੇ ਇਹ ਵੀ ਹੈਰਾਨ ਕਰ ਦੇਣ ਵਾਲੇ ਨੇ। ਹਾਲਾਂਕਿ ਪੰਜਾਬ ਸਰਕਾਰ ਸਖਤੀ ਕਰਦੀ ਹੈ, ਪਰ ਬਾਵਜੂਦ ਇਸ 'ਤੇ ਜਿਹੜਾ ਨਸ਼ਾ ਹੈ ਉਹ ਗੁਆਂਢੀ ਮੁਲਕਾਂ ਤੋਂ, ਪੰਜਾਬ ਦੇ ਗੁਆਂਢੀ ਸੂਬਿਆਂ ਤੋਂ ਆਉਂਦਾ। ਮੈਡੀਕਲ ਨਸ਼ਾ ਆਮ ਮਿਲਦਾ, ਪਿੰਡਾਂ ਦੇ ਵਿੱਚ ਠੀਕਰੀ ਪਹਿਰੇ ਵੀ ਲੱਗਦੇ ਨੇ, ਪਿੰਡਾਂ ਦੇ ਲੋਕ ਸੁਚੇਤ ਨੇ, ਉਹ ਫੜਦੇ ਵੀ ਨੇ ਚਿੱਟਾ ਵੇਚਣ ਵਾਲਿਆਂ ਨੂੰ ਜਾਂ ਕੈਪਸੂਲ ਜਾਂ ਗੋਲੀਆਂ ਸੇਵਨ ਕਰਨ ਵਾਲਿਆਂ ਨੂੰ, ਪਰ ਫਿਰ ਵੀ ਇਹ ਆਂਕੜੇ ਜਿਹੜੇ ਨੇ ਇਹ ਹੈਰਾਨ ਕਰਦੇ ਨੇ। ਇਹ ਸਰਕਾਰਾਂ 'ਤੇ ਔਰ ਐਡਮਿਨਿਸਟ੍ਰੇਸ਼ਨ 'ਤੇ ਸਵਾਲ ਖੜ੍ਹੇ ਕਰਦੇ ਨੇ। Subscribe to One India channel and never miss an update.